हेलो फ्रेंड्स, आप जी का साडे यूट्यूब चैनल में बहुत बहुत स्वागत है। अज की वीडियो के असी डिस्कस करांगे लेटेस्ट अपडेट जो कि आए हैं मास्टर कैडर के रिगार्डिंग। तुहानू पता है अज मास्टर कैडर की जिहड़ी बैकलॉग वैकेंसी सीगियां उहदे रिगार्डिंग 135-90 पोस्टां की अपडेट आई सी, जिहदे विच इन्हां दी प्रोविजनल लिस्ट अपडेट हुई सी कैंडीडेट सी। ये तुसीं सारयां ने देखी ली होणी आ, तुसीं देख भी सकते हो। दिस वन इन्हां दस्सिया कि जो ताडे 135+90 बैकलॉग पोस्टां की भर्ती विज्ञापन दिता गया सी, इन्हां असामियों लई वख वख जो भी ताडे ठीक है जी तुहानू पता स्क्रूटनी वगैरह होई सी उसके अकॉर्डिंग तुहाडी प्रोविजनल जिहड़ी सूची ऑफिशियल वैबसाइट पर अपलोड कर दिती गई है। ये तो सी पुरानी अपडेट। नवी अपडेट की आ, तुसीं देख सकते हो पब्लिक नोटिस रिगार्डिंग प्रोविजनल सिलेक्शन लिस्ट ऑफ मास्टर कैंडर कैंडीडेट्स। किहदे किहदे आ? इंग्लिश, मैथमैटिक्स, साइंस जिहड़ी ताडा एग्जाम होया सी, ਕਿਹੜਾ ਐਗਜ਼ਾਮ ਹੋਇਆ ਸੀ ਆ ਤੁਸੀਂ ਦੇਖ ਸਕਦੇ ਹੋ। ਦੱਸ ਦੇਵੇ ਕਿ ਜਿਹੜਾ ਤੁਹਾਡਾ ਸਾਇੰਸ 518 ਪੋਸਟਾਂ, ਇੰਗਲਿਸ਼ 380 ਅਤੇ 595 ਬੈਕਲੌਗ ਅਸਾਮੀਆਂ ਦੀਆਂ, ਮੈਥਮੈਟਿਕਸ ਸੀ 595 ਦੀਆਂ ਭਰਤੀ ਲਈ 6 ਤਰੀਕ ਨੂੰ ਤੁਹਾਡਾ ਵਿਗਿਆਪਨ ਦਿੱਤਾ ਗਿਆ ਸੀ। ਸੋ 20 ਅਤੇ 21 ਤਰੀਕ ਨੂੰ ਜੂਨ ਨੂੰ ਤੁਹਾਡਾ ਇਹਦਾ ਟੈਸਟ ਹੋਇਆ ਸੀ, ਉਸ ਸੰਬੰਧੀ ਤੁਹਾਡਾ ਪੇਪਰ ਲਿਆ ਗਿਆ ਸੀ ਅਤੇ ਸਕਰੂਟਨੀ ਵਗੈਰਾ ਹੋਈ ਸੀ। ਸੋ ਉਸਦੇ ਅਕੋਰਡਿੰਗ ਜੋ ਤੁਹਾਡੀ ਪ੍ਰੋਵੀਜ਼ਨਲ ਲਿਸਟ ਹੈ ਉਹ ਵਿਭਾਗ ਦੀ ਵੈਬਸਾਈਟ 'ਤੇ ਅਵੇਲੇਬਲ ਹੈ, ਠੀਕ ਹੈ ਜੀ, ਉਹ ਤੁਸੀਂ ਦੇਖ ਸਕਦੇ ਹੋ। ਚਲੋ ਇੱਕ ਮੈਂ ਤੁਹਾਨੂੰ ਲਿਸਟ ਸ਼ੋਅ ਕਰ ਦਿੰਦਾ, ਆਪਾਂ ਇੰਗਲਿਸ਼ ਦੀ ਸ਼ੋਅ ਕਰਦੇ ਹਾਂ। ਆਹ ਹੈ ਜੀ ਇੰਗਲਿਸ਼ ਦੀ ਲਿਸਟ, ਇਹਦੇ ਵਿੱਚ ਇੰਗਲਿਸ਼, ਮੈਥਮੈਟਿਕ ਅਤੇ ਸਾਇੰਸ ਅਲੱਗ ਅਲੱਗ ਨੇ, ਤੁਸੀਂ ਦੇਖ ਵੀ ਸਕਦੇ ਹੋ। ਸੋ ਇਹਦੇ ਵਿੱਚ ਕਿੰਨੇ ਕੈਂਡੀਡੇਟਸ ਆਪਾਂ ਇੱਕ ਵਾਰ ਦੇਖ ਲੈਂਦੇ ਹਾਂ, ਮੈਥ ਵਿੱਚ ਕਿੰਨੇ ਕੈਂਡੀਡੇਟਸ ਅਤੇ ਸਾਇੰਸ ਵਿੱਚ ਕਿੰਨੇ ਕੈਂਡੀਡੇਟਸ ਹੈ ਆਪਾਂ ਦੇਖ ਲੈਂਦੇ ਹਾਂ। ਆਹ ਹੈ ਮੈਥਮੈਟਿਕਸ ਸੀ ਅਤੇ ਇਹ ਹੈ ਸਾਇੰਸ ਸੀ। ਆਪਾਂ ਇਹਨਾਂ ਤਿੰਨਾਂ ਨੂੰ ਲਿਸਟਾਂ ਨੂੰ ਡਾਊਨਲੋਡ ਕਰ ਲੈਂਦੇ ਹਾਂ। ਇਹਦੇ ਵਿੱਚ ਅਗਰ ਤੁਹਾਡਾ ਕੋਈ ਕੁਲੀਗ ਹੈ ਜਾਂ ਫਰੈਂਡ ਹੈ, ਇਹਨਾਂ ਸਾਰੇ ਬੱਚਿਆਂ ਨੂੰ ਮੇਰੇ ਵੱਲੋਂ ਕੰਗਰੈਚੁਲੇਸ਼ਨਸ। ਤਾਂ ਬਾਕੀ ਜਲਦੀ ਹੀ ਤੁਹਾਡਾ ਜੋ ਫਰਦਰ ਪ੍ਰੋਸੈਸ ਹੈ ਸਟਾਰਟ ਹੋਊਗਾ। ਤਾਂ ਸਭ ਤੋਂ ਪਹਿਲੇ ਆਪਾਂ ਇਹਦੇ ਵਿੱਚ ਦੇਖਦੇ ਹਾਂ ਜੀ ਜਿਹੜੀ ਸਾਡੀ ਲਿਸਟ ਅਪਡੇਟ ਹੋਈ ਹੈ। ਸਭ ਤੋਂ ਪਹਿਲੇ ਇੱਥੇ ਇੰਗਲਿਸ਼ ਸੀ, ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਮੈਥ ਦੀ, ਅਤੇ ਉਸ ਤੋਂ ਬਾਅਦ ਦੇਖਦੇ ਹਾਂ ਸਾਇੰਸ ਦੀ। ਇਹ ਲਿਸਟਾਂ ਤੁਸੀਂ ਵੀ ਚੈੱਕ ਕਰ ਲਿਓ ਅਗਰ ਤੁਹਾਡਾ ਨਾਮ ਵਗੈਰਾ ਹੈ ਕਿ ਨਹੀਂ ਹੈ। ਸੋ ਆ ਹੈ ਜੀ ਸਭ ਤੋਂ ਪਹਿਲੇ ਇੰਗਲਿਸ਼ ਦੀ। ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੈਟਾਗਰੀ SC, MND ਹੈ, ਜਿਹਦੇ ਵਿੱਚ ਡਿਫਰੈਂਟ ਪੋਸਟਾਂ ਜਿਹੜੀਆਂ ਸੀਗੀਆਂ ਉਹਦੇ ਅਕੋਰਡਿੰਗ ਕਿਹੜੇ ਕਿਹੜੇ ਬੱਚੇ ਕਿਹੜੇ ਕਿਹੜੀ ਕੈਟਾਗਰੀ ਦੇ ਆ। ਇਹਦੇ ਵਿੱਚ ਹਾਈਐਸਟ ਜਿਹੜੇ ਮਾਰਕਸ ਹੈ 144 ਗਏ ਆ, ਇਹ ਸਾਰੇ ਕੈਂਡੀਡੇਟਸ ਐਲੀਜੀਬਲ ਨੇ। ਚਲੋ ਟੋਟਲ ਬੱਚੇ ਆਪਾਂ ਦੇਖ ਲੈਂਦੇ ਹਾਂ, ਤੁਸੀਂ ਆਹ ਦੇਖ ਸਕਦੇ ਹੋ। ਇਹ ਪਹਿਲੇ ਹੈਗੇ ਜੀ SC, MND, ਇਹਦੇ ਬੱਚੇ ਇਹਨਾਂ ਨੇ ਟੋਟਲ ਕੁਆਲੀਫਾਈ ਕੀਤੇ ਆ 25, ਮਤਲਬ ਜਿਹਨਾਂ ਨੂੰ ਇਹਨਾਂ ਨੇ ਪ੍ਰੋਵੀਜ਼ਨਲ ਲਿਸਟ ਵਿੱਚ ਪਾਇਆ। ਦੂਸਰੀ ਕੈਟਾਗਰੀ R&O, ਇਹਦੇ ਵਿੱਚ ਇਹਨਾਂ ਨੇ ਟੋਟਲ ਬੱਚੇ ਜਿਹੜੇ ਪਾਏ ਹੈ, ਠੀਕ ਹੈ, 37 ਪਾਏ ਹੈ। SC, R&O, ESM, ਠੀਕ ਹੈ ਜੀ, ਇਹਦੇ ਵਿੱਚ ਇਹਨਾਂ ਨੇ 14 ਬੱਚੇ ਪਾਏ ਹੈ। ਜਨਰਲ ESM ਦੇ ਵਿੱਚ ਇਹਨਾਂ ਨੇ ਟੋਟਲ ਜਿਹੜੇ ਬੱਚੇ ਹੈ 27 ਪਾਏ ਹੈ। BC ਵਿੱਚ 2 ਪਾਏ ਹੈ, BC ESM ਵਿੱਚ ਇਹਨਾਂ ਨੇ, ਠੀਕ ਹੈ ਜੀ, ਟੋਟਲ 8 ਪਾਏ ਹੈ। ਤਾਂ ਬਾਕੀ ਤੁਸੀਂ ਫਰੀਡਮ ਫਾਈਟਰ, ਵਿਜ਼ੂਅਲ, ਹੇਅਰਿੰਗ, ਦੈਨ ਔਰਥੋ, ਇਹ ਤੁਸੀਂ ਦੇਖ ਲੈਣੇ। ਇਹ ਤਾਂ ਸੀ ਇੰਗਲਿਸ਼ 'ਚ, ਇੱਦਾਂ ਹੀ ਇਹ ਮੈਥਮੈਟਿਕਸ ਦੀ ਲਿਸਟ ਹੈ ਅਤੇ ਇੱਦਾਂ ਹੀ ਇਹ ਤੁਹਾਡੀ ਹੈਗੀ ਹੈ ਜੀ ਸੌਨ ਲਿਸਟ। ਇਹ ਤਿੰਨ ਲਿਸਟਾਂ ਹੈ, ਮੈਥਮੈਟਿਕਸ, ਸਾਇੰਸ ਅਤੇ ਦੈਨ ਸੌਨ ਸਬਜੈਕਟਸ। ਸੋ ਇਹਦੇ ਰਿਗਾਰਡਿੰਗ ਸਾਰੇ ਬੱਚਿਆਂ ਨੂੰ ਅਗੇਨ ਕੰਗਰੈਚੁਲੇਸ਼ਨਸ। ਤਾਂ ਬਾਕੀ ਵੇਟ ਕਰ ਦਿਉ, ਜੋ ਵੀ ਫਰਦਰ ਅੱਗੇ ਪ੍ਰੋਸੈਸ ਹੁੰਦਾ ਹੈ ਵੈਬਸਾਈਟ 'ਤੇ ਅਪਡੇਟ ਹੁੰਦਾ ਰਹਿੰਦਾ ਹੈ। ਸੋ ਜ਼ਰੂਰ ਸਾਡੇ ਚੈਨਲ ਨੂੰ ਵੀ ਫੋਲੋ ਕਰੋ ਫੋਰ ਇੱਦਾਂ ਦੇ ਫਿਊਚਰ ਅਪਡੇਟਸ। ਅਤੇ ਕੋਈ ਵੀ ਹੋਰ ਕਿਉਰੀ ਜਾਂ ਕੁਸ਼ਚਨ ਹੁੰਦਾ ਹੈ ਰਿਗਾਰਡਿੰਗ ਦਿਸ ਪ੍ਰੋਸੈਸ ਕਿ ਹੁਣ ਅੱਗੇ ਕੀ ਹੋਊਗਾ, ਅਗਲਾ ਪ੍ਰੋਸੈਸ ਕੀ ਹੈ, ਫਰਦਰ ਜਿਹੜੇ ਸਟੇਸ਼ਨ ਅਲਾਟਮੈਂਟ ਹੈ ਜਾਂ ਅਦਰ ਕੋਈ ਕਿਉਰੀ ਜਾਂ ਅਦਰ ਤੁਹਾਡੇ ਮਨ 'ਚ ਡਾਊਟ ਹੈ, ਉਹ ਵੀ ਤੁਸੀਂ ਸਾਨੂੰ ਇੰਸਟਾਗ੍ਰਾਮ 'ਤੇ ਫੋਲੋ ਕਰਕੇ ਆਪਣੀ ਕਿਉਰੀ ਦਾ ਆਨਸਰ ਲੈ ਸਕਦੇ ਹੋ। ਸੋ ਫਰੈਂਡਸ, ਥੈਂਕ ਯੂ ਫੋਰ ਵਾਚਿੰਗ ਦਿਸ ਵੀਡੀਓ ਐਂਡ ਫੋਰ ਯੂਰ ਅਵੇਲੇਬਲ ਟਾਈਮ।